ਉਹ ਕਬਜ਼ਾ ਵੀ ਲੈਣ ਚਲ ਗਈ। ਪਰ ਉਦੋਂ ਅਰੋੜਾ ਸਾਹਿਬ ਸੀਗੇ, ਉਹਨਾਂ ਨੂੰ ਕਿਸੇ ਦਾ ਫੋਨ ਆਇਆ, ਉਹ JCB ਬਿਲਡੋਜ਼ਰ ਸਾਰੇ ਲੈ ਕੇ ਚਲ ਗਏ ਸੀ, ਉਸ ਵੇਲੇ ਵਾਪਸ ਆ ਗਏ। ਉੱਥੇ ਪੁੱਛਦੇ ਆ ਕਮੇਟੀ ਜਿੱਤ ਗਈ ਵਾ, ਕੇਸ ਕਮੇਟੀ ਜਿੱਤੀ ਹੋਵਾ ਦੋ ਵਾਰ, ਇੱਕ ਮਿੰਟ ਤੁਸੀਂ ਮੈਂ ਸੁਣੋ। ਉਹ ਤੋਂ ਬਾਅਦ ਜਦੋਂ ਅਸੀਂ ਜਾਂਦੇ ਹਾਂ ਇਹਨਾਂ ਦੇ ਕੋਲ, ਇਹ ਕਹਿੰਦੇ ਵੀ ਦੂਸਰੀ ਧਿਰ ਕਿਹੜੀ ਆ, ਇੱਕ ਸਾਨੂੰ, ਹਾਂ ਇੱਕ ਸਾਨੂੰ ਧਿਰ ਬਣਾ ਦਿੰਦੀ ਹੈ, ਇੱਕ ਉਹਨਾਂ ਨੂੰ ਧਿਰ ਬਣਾ ਦਿੰਦੀ ਹੈ, ਬਲਕਿ ਦੂਜੀ ਧਿਰ ਕਮੇਟੀ ਆ। ਜਿਹੜੇ ਨਜਾਇਜ਼ ਕਬਜ਼ਾ ਆ ਉਹ ਮੇਰੇ ਖਿਆਲ 14-15 ਫੁੱਟ ਦਾ ਉਹਨਾਂ ਨੇ ਇੱਧਰ ਨੂੰ ਕੀਤਾ ਲੰਬਾ, ਜਿਹੜਾ ਸੱਤ ਕਰਮ ਦੀ ਸੜਕ ਆ ਇਸ ਵੇਲੇ ਮੌਜੂਦਾ 4 ਕਰਮ ਇਹ ਲੈ ਨਹੀਂ ਰਹੇ ਕਲਵਾੜਾ। ਹਾਂਜੀ ਵਾਰਡ ਨੰਬਰ 9 ਕਮੇਟੀ ਜਿੱਤੀ ਹੋਈ ਕੇਸ, ਹਾਂ ਜਿੱਤੀ ਹੋਈ, ਸਿਵਲ ਜੋ ਵੀ ਜਿੱਤੀ ਹੋ ਜੀ, ਸੈਸ਼ਨ ਜੋ ਵੀ ਜਿੱਤੀ ਹੋ, ਹਾਈ ਕੋਰਟ 'ਚ ਵੀ ਉਹਨਾਂ ਦੀ ਅਪੀਲ ਕਰ ਦਊਗੀ। ਹੈਲੋ, ਹਾਂ ਨਮਸਕਾਰ, ਕਿੱਥੇ ਹੋ ਤੁਹਾਡੇ ਸਾਹਿਬ? ਸਰ ਮੈਂ ਅੱਜ ਬੇਟੀ ਦੀ ਫਲਾਈਟ ਹੈ, ਮੈਂ ਦਿੱਲੀ ਹਾਂ ਸਰ। ਓਕੇ ਚਲੋ ਕਰ ਲਓ, ਆਪਣੇ ਕਰ ਲਓ ਪਹਿਲਾਂ, ਤੁਹਾਨੂੰ ਮੁਬਾਰਕਾਂ, ਬੈਸਟ ਆਫ ਜਰਨੀ ਬੇਟੀ ਨੂੰ ਕਹੋ ਸਕੋ, ਕੋਈ ਗੱਲ ਨਹੀਂ। ਅੱਛਾ ਆ ਕੇ ਨਾ ਇੱਕ ਸਲਵਾੜੇ ਦਾ ਕੇਸ ਹੈ, ਕੋਈ ਕਾਰਪੋਰੇਸ਼ਨ ਨੇ ਜਿੱਤਿਆ ਕੇਸ, ਸੜਕ ਚੌੜੀ ਕਰਨ ਦਾ ਆਇਆ, ਉਹਦਾ ਕਰਨ ਨੂੰ ਆਪਾਂ ਨੂੰ ਜੇ ਆਪਾਂ ਕਾਰਪੋਰੇਸ਼ਨ ਕੇਸ ਦਿੱਤੀ ਹੈ, ਸੜਕ ਚੌੜੀ ਕਰਨ ਲਈ ਸਾਰੀ ਦੁਨੀਆਂ ਨੂੰ ਫਾਇਦਾ ਹੋਣਾ, ਉਹ ਦੇਖੋ ਇਹਨੂੰ ਇੰਪਲੀਮੈਂਟ ਕਰਾਓ, ਸਾਨੂੰ ਖਤਮ ਕਰੋ, ਕੌਣ ਹੈ ਦੂਜੇ ਪਾਸੇ ਬੰਦੇ ਉਹ? ਆਪਣੀ ਤੇ ਠੋਕ ਕੇ ਲਾ ਕੇ ਲਾਂਭੇ ਕਰੋ, ਹੋਰ ਦੱਸੋ ਮੈਨੂੰ, ਦੱਸੋ ਕੌਣ ਤੇ ਲਾਂਦੀ ਆ, ਦੱਸੋ ਮੈਨੂੰ, ਆਪਾਂ ਤਾਂ ਹਾਂ ਕਰਾਵਾ ਜੀ ਕਰਾਓ। ਜਿਹਦੀ ਜਗ੍ਹਾ ਸੀ ਉਹ ਵੇਚ ਗਿਆ ਸਾਰੀ ਆਪਣੀ ਜਗ੍ਹਾ, ਔਰ ਇੱਕ ਇਹਨਾਂ ਦੇ ਵਿੱਚ